ਸੱਚਕਾਲ ਦੋਸਤੋ ਨਿੱਗਾ ਸਵਾਗਤ ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਪੀੜੀ ਪਤਿਤ ਪੁਣੇ ਦਾ ਸ਼ਿਕਾਰ ਹੋ ਰਹੀ ਹੈ ਪਰ ਜਿਨ੍ਹਾਂ ਨੇ ਗੁਰੂ ਦੀ ਮੋਹਰ ਕੇਸਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਗਾਇ ਵਗਾਏ ਸਨਮਾਨ ਵੀ ਮਿਲਦਾ ਹੈ ਤੇ ਇਹ ਗੱਲ ਵੇਖਣ ਨੂੰ ਮਿਲੀ ਜਦੋਂ ਪਿੰਡ ਤਲਵੰਡੀ ਖੁੰਮਣ ਦੀ ਟੀਮ ਗੁਰਦਾਸਪੁਰ ਦੇ ਪਿੰਡ ਗੱਜੂ ਗਾਜੀ ਵਿੱਚ ਹਾਕੀ ਦਾ ਟੂਰਨਾਮੈਂਟ ਖੇਡਣ ਲਈ ਗਈ ਤਾਂ ਉਥੋਂ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਤਲਵੰਡੀ ਖੁੰਮਣ ਦੀ ਟੀਮ ਭਾਵੇਂ ਉੱਥੇ ਸੈਮੀਫਾਈਨਲ ਦੇ ਵਿੱਚ ਇੱਕ ਗੋਲ ਦੇ ਨਾਲ ਹਾਰ ਗਈ ਪਰ ਪ੍ਰਬੰਧਕਾਂ ਵੱਲੋਂ ਜਿੰਨਾ ਮਾਨ ਸਨਮਾਨ ਪਿੰਡ ਤਲਵੰਡੀ ਖੁੰਮਣ ਦੀ ਟੀਮ ਨੂੰ ਦਿੱਤਾ ਗਿਆ ਸ਼ਾਇਦ ਹੀ ਕਿਸੇ ਟੀਮ ਨੂੰ ਇਹਨਾਂ ਮਾਨ ਸਨਮਾਨ ਮਿਲਿਆ ਹੋਵੇਗਾ ਤੇ ਸਾਰੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ 71 ਹੋ ਕੇ ਸਰਪਾਉ ਦੇ ਕੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਉਹ ਇਸ ਲਈ ਕੀਤਾ ਗਿਆ ਕਿ ਪਿੰਡ ਤਲਵੰਡੀ ਖੁੰਮਣ ਦੀ ਸਮੁੱਚੀ ਟੀਮ ਹੀ ਕੇਸਾਧਾਰੀ ਸੀ ਤੇ ਉਹਨਾਂ ਨੇ ਗੁਰੂ ਦੀ ਮੋਹਰ ਕੇਸਾ ਨੂੰ ਸੰਭਾਲ ਕੇ ਰੱਖਿਆ ਸੀ ਤੇ ਆਓ ਸਿੱਖੀ ਬਚਾਈਏ ਆਪਣੀਆਂ ਖੇਡਾਂ ਨੂੰ ਬਚਾਈਏ ਤੇ ਜੇ ਖੇਡ ਭਾਵਨਾ ਸੰਭਾਲਣੀ ਹੈ ਤਾਂ ਸਿੱਖੀ ਸੰਭਾਲਣੀ ਵੀ ਪਵੇਗੀ ਤੇ ਤਾਂ ਹੀ ਦੁਨੀਆ ਤੁਹਾਡਾ ਮਾਨ ਸਨਮਾਨ ਕਰੇਗੀ ਅੰਤ ਵਿੱਚ ਮਝੈਲ ਟੀਵੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਆਪ ਸਭ ਜੀ ਨੂੰ ਮੁਸਾਕੀ ਦੀਆਂ ਕਰੋੜ ਕਰੋੜ ਵਧਾਈਆਂ ਤੇ ਤੁਸੀਂ ਦੇਖਦੇ ਰਹੋ ਮਝੈਲ ਟੀਵੀ ਧੰਨਵਾਦ ਸਤ ਸ੍ਰੀ ਅਕਾਲ ਦੋਸਤੋ ਨਿੱਗਾ ਸਵਾਗਤ ਦੋਸਤੋ